ਸਾਡੇ ਸੀਨੀਅਰ ਜਿਹੜੇ ਖਿਡਾਰੀ ਸੀ ਕਬੱਡੀ ਦੇ, ਉਹਨਾਂ ਪਿੰਡ 'ਚ ਲੋਹੜੀ ਮੰਗ ਕੇ ਇੱਕ ਵੇਟ ਲੈ ਕੇ ਆਉਂਦਾ ਸੀਗਾ ਸੈੱਟ, ਜਿੱਥੇ ਸਾਨੂੰ ਸਾਰੇ ਪਿੰਡ ਦੇ ਮੁੰਡਿਆਂ ਨੂੰ ਚੋਣ ਪਈ। ਇਸ ਟਾਈਮ ਸਾਡੀ ਇੰਡੀਆ ਦੀ ਜਿਹੜੀ ਵੇਟ ਲਿਫਟਿੰਗ ਟੀਮ ਆ ਉਹਦੇ ਵਿੱਚ ਪੰਜਾਬੀ ਵੀ ਕਾਫੀ ਆ, ਸਾਊਥ ਦੇ ਮੁੰਡੇ ਕਾਫੀ ਆ, ਕਾਫੀ ਉਹਨਾਂ ਪਿਛਲੇ ਰਾਸ਼ਟਰਮੰਡਲ ਖੇਡਾਂ ਹੋਈਆਂ ਜਿਹਦੇ ਵਿੱਚ ਕਾਫੀ ਮੈਡਲ ਸੀਗੇ। ਸਾਡੇ ਮੇਰੇ ਤੋਂ ਬਾਅਦ ਸੁਪਰ ਹੈਵੀ ਵਿੱਚ ਜਿਹੜੇ ਹੁਣ ਮੁੰਡੇ ਪੰਜਾਬ ਦੇ ਆ ਉਹ ਵੀ ਬਹੁਤ ਵਧੀਆ ਅਚੀਵ ਕਰ ਰਹੇ ਆ। ਉਹ ਸਾਰੇ ਮੁੰਡੇ ਥੋੜ੍ਹੇ ਜੂਨੀਅਰ ਨੇ, ਬਟ ਮੈਨੂੰ ਆਸ ਹੈ ਵੀ ਬਹੁਤ ਵਧੀਆ ਲੈਵਲ ਇਹ ਆਉਣ ਵਾਲੇ ਸਾਲਾਂ 'ਚ ਬਣਾਉਣਗੇ। ਹੁਣ ਕੈਪਟਨ ਸਾਹਿਬ ਨੇ ਮੈਨੂੰ ਲੱਗਦਾ ਵੀ ਪੰਜਾਬ ਵੱਲ ਵੀ ਕਾਫੀ ਧਿਆਨ ਦਿੱਤਾ ਆ, ਜਿਹਦੇ ਕਰਕੇ ਹੁਣ ਪੰਜਾਬ ਵੀ ਆਉਣ ਵਾਲੇ ਸਾਲਾਂ ਵਿੱਚ ਉੱਤੇ ਇੱਕ ਦੋ ਸਾਲ ਲੱਗਦੇ ਜਦੋਂ ਵੀ ਕੋਈ ਫੀਲਡ ਹੋਵੇ। ਬਟ ਹੁਣ ਸਾਡੇ ਸਪੋਰਟਸ ਮਿਨਿਸਟਰ ਬਣੇ ਮਿਸਟਰ ਸੋਢੀ ਜੀ, ਉਹ ਕਾਫੀ ਆਸ ਹੈਗੀ ਆ ਵੀ ਵਧੀਆ ਸਪੋਰਟਸ ਨੂੰ ਸਾਰਿਆਂ ਨੂੰ ਬੂਸਟ ਕਰ ਦਿੱਤੇ ਲੈ ਕੇ ਆਉਣ। ਪਿੰਡਾਂ ਵਿੱਚ ਜਿਹੜੀਆਂ ਗਰਾਊਂਡਾਂ ਆ ਘੱਟੋ ਘੱਟ ਸ਼ਾਮ ਨੂੰ ਤੁਸੀਂ 2 ਘੰਟਾ ਜ਼ਰੂਰ ਉੱਥੇ ਜਾਣਾ ਚਾਹੀਦਾ। ਜਿਹਨਾਂ ਇਸ ਪਾਸਿਓਂ ਬੰਦੇ ਨੂੰ ਨਸ਼ਿਆਂ ਪ੍ਰਤੀ ਬੰਦੇ ਦਾ ਬਿਲਕੁਲ ਧਿਆਨ ਨਿਕਲ ਜਾਂਦਾ ਵੀ ਅਸੀਂ ਉੱਧਰ ਨੂੰ ਵੀ ਜਾਣਾ ਆ। ਹਰੇਕ ਸਪੋਰਟਸਮੈਨ ਦਾ ਸੁਪਨਾ ਵੀ ਮੈਂ ਇੰਡੀਆ ਦਾ ਰਾਸ਼ਟਰਪਤੀ ਪੁਰਸਕਾਰ ਲਵਾਂ ਅਰਜੁਨ ਅਵਾਰਡ, ਅਤੇ ਜਦੋਂ ਮਿਲ ਜਾਂਦਾ ਉਹ ਤੁਹਾਡੀ ਇੱਕ ਵੱਖਰੀ ਪਛਾਣ ਬਣ ਜਾਂਦੀ ਆ। ਤੁਹਾਨੂੰ ਲੋਕ ਜਦੋਂ ਨਾਂ ਦੇ ਮਗਰ ਅਰਜੁਨ ਅਵਾਰਡ ਲੱਗਦਾ ਤਾਂ ਮੇਰੇ ਹਿਸਾਬ ਨਾਲ ਇਹਦੇ ਉੱਤੇ ਕੋਈ ਖੁਸ਼ੀ ਨਹੀਂ ਸਪੋਰਟਸਮੈਨ। ਕੋਈ ਵੀ ਬੰਦਾ ਅਰਜੁਨ ਅਵਾਰਡ ਲੈ ਸਕਦਾ ਆਪਣੀ ਮਿਹਨਤ ਨਾਲ, ਇਹਦੇ ਮਿਹਨਤ ਦੇ ਕਮੀ ਜਿਹੜਾ ਤੁਹਾਨੂੰ ਮਿਲਣਾ ਉੱਦਾਂ ਨਹੀਂ। ਭਾਰ ਤੋਲਣ ਦੀ ਗੇਮ ਭਾਵੇਂ ਇਰਾਨੀ ਖਿਡਾਰੀ ਜਾਂ ਚਾਈਨਾ ਦੇ ਖਿਡਾਰੀ ਜਾਂ ਯੂਰਪੀਅਨ ਦੇਸ਼ਾਂ ਦੇ ਖਿਡਾਰੀ ਬਹੁਤ ਵਧੀਆ ਖੇਡਦੇ ਹੋਣ, ਪਰ ਭਾਰਤ ਵਿੱਚ ਵੀ ਇਸ ਖੇਡ ਦੇ ਬਹੁਤ ਉੱਚ ਕੋਟੀ ਦੇ ਖਿਡਾਰੀ ਹੋਏ ਹਨ। ਖਾਸ ਕਰਕੇ ਪੰਜਾਬੀ ਖਿਡਾਰੀਆਂ ਨੇ ਇਸ ਗੇਮ ਵਿੱਚ ਕਿਸੇ ਸਮੇਂ ਬਹੁਤ ਵੱਡਾ ਨਾਮ ਨਾ ਖੱਟਿਆ ਹੈ। ਔਰ ਕਪੂਰਥਲਾ ਪਿੰਡ ਜ਼ਿਲ੍ਹਾ ਇੱਦਾਂ ਦੇ ਖਿਡਾਰੀ ਪੈਦਾ ਕਰਨ ਲਈ ਜਾਣਿਆ ਜਾਂਦਾ ਹੈ। ਕਪੂਰਥਲੇ ਨੇ ਵੱਖ ਵੱਖ ਗੇਮਾਂ ਵਿੱਚ ਗੁੱਛਿਆਂ ਵਿੱਚ ਖਿਡਾਰੀ ਪੈਦਾ ਕੀਤੇ ਹਨ, ਚਾਹੇ ਉਹ ਦਬੂਲੀਆਂ ਪਿੰਡ ਹੋਵੇ ਜਿਸਨੇ ਬਾਸਕਟਬਾਲ ਦੇ ਵੱਡੇ ਖਿਡਾਰੀ ਪੈਦਾ ਕੀਤੇ, ਚਾਹੇ ਕਬੱਡੀ ਵਿੱਚ ਕਪੂਰਥਲੇ ਨੇ ਵੱਡੇ ਖਿਡਾਰੀ ਪੈਦਾ ਕੀਤੇ। ਕਪੂਰਥਲੇ ਜ਼ਿਲ੍ਹੇ ਦਾ ਪਿੰਡ ਖੋਜੇਵਾਲ ਜਿਸਨੇ ਵੇਟ ਲਿਫਟਿੰਗ ਵਿੱਚ ਬਹੁਤ ਵੱਡੇ ਖਿਡਾਰੀ ਪੈਦਾ ਕੀਤੇ। ਇੱਥੋਂ ਦੇ ਹੀ ਦਲਵੀਰ ਸਿੰਘ ਦਿਓਲ ਵੇਟ ਲਿਫਟਿੰਗ ਵਿੱਚ ਅਰਜੁਨ ਅਵਾਰਡੀ ਖਿਡਾਰੀ ਰਹੇ ਹਨ। ਮੌਜੂਦਾ ਸਮੇਂ ਉਹ ਪੰਜਾਬ ਪੁਲਿਸ ਵਿੱਚ ਬਤੌਰ DSP ਸੇਵਾਵਾਂ ਨਿਭਾ ਰਹੇ ਹਨ। ਸਾਡੇ ਨਾਲ ਮੌਜੂਦ ਹਨ ਦਿਓਲ ਸਾਹਿਬ, ਉਹਨਾਂ ਤੋਂ ਗੱਲਬਾਤ ਕਰਦੇ ਹਾਂ ਉਹ ਕਿੱਦਾਂ ਇਸ ਗੇਮ ਨਾਲ ਜੁੜੇ ਔਰ ਉਹਨਾਂ ਨੇ ਕਿੱਦਾਂ ਅਰਜੁਨ ਅਵਾਰਡ ਹਾਸਲ ਕੀਤਾ। ਸਭ ਤੋਂ ਪਹਿਲਾਂ ਸਾਰੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਾਡੇ ਪਿੰਡ 1986-87 ਵਿੱਚ ਸਾਡੇ ਸੀਨੀਅਰ ਜਿਹੜੇ ਖਿਡਾਰੀ ਸੀ ਕਬੱਡੀ ਦੇ, ਉਹਨਾਂ ਪਿੰਡ 'ਚ ਲੋਹੜੀ ਮੰਗ ਕੇ ਇੱਕ ਵੇਟ ਲੈ ਕੇ ਆਉਂਦਾ ਸੀਗਾ ਸੈੱਟ, ਜਿੱਥੇ ਸਾਨੂੰ ਸਾਰੇ ਪਿੰਡ ਦੇ ਮੁੰਡਿਆਂ ਨੂੰ ਚੋਣ ਪਈ। ਮੇਰੇ ਤੋਂ ਪਹਿਲਾਂ ਅਮਰਜੀਤ ਭਾਰ ਚੱਕਦਾ ਸੀ ਜਿਹੜਾ ਕਿ ਕਾਫੀ ਵਧੀਆ ਲੈਵਲ 'ਤੇ ਇੰਡੀਆ ਖੇਡਦਾ ਸੀਗਾ। ਇਸ ਤਰ੍ਹਾਂ ਸਾਡੇ ਪਿੰਡ ਜਦੋਂ ਵੇਟ ਆਇਆ ਤਾਂ ਉਹ ਤੋਂ ਸਾਨੂੰ ਦੇਖ ਕੇ ਬਾਕੀ 4-5 ਮੁੰਡੇ ਅਸੀਂ ਹੋਰ ਲੱਗੇ ਜਿਹੜੇ ਕਿ ਆਪਾਂ ਆਪਣੀਆਂ ਇਸ ਟਾਈਮ ਜੋਬਾਂ ਨਿਭਾ ਰਹੇ ਹਾਂ। ਖੋਜੇਵਾਲ ਪਿੰਡ ਦੇ ਦੋਸਤ ਸਾਹਿਬ, ਦੱਸੋ ਕਿਹੜੇ ਕਿਹੜੇ ਖਿਡਾਰੀ ਇਸ ਗੇਮ ਨਾਲ ਜੁੜੇ, ਔਰ ਮੈਂ ਦੇਖਿਆ ਹੈ ਕਿ ਇਹ ਕਿਸੇ ਕੋਈ ਸਮਾਂ ਸੀ ਜਦੋਂ ਇੰਡੀਆ ਟੀਮ ਵਿੱਚ ਖੋਜੇਵਾਲ ਦੇ 3 ਖਿਡਾਰੀ ਖੇਡਦੇ ਸਨ। ਸਾਨੂੰ ਪੂਰੀ ਤਰ੍ਹਾਂ ਜਾਣਕਾਰੀ ਦਿਓ ਵੀ ਕਿਹੜੇ ਕਿਹੜੇ ਖਿਡਾਰੀ ਇਸ ਪਿੰਡ ਦੇ ਇਸ ਗੇਮ ਨਾਲ ਜੁੜੇ ਰਹੇ ਹਨ। ਮੇਰੇ ਨਾਲ ਮੇਰੇ ਤੋਂ ਸੀਨੀਅਰ ਸੀ ਅਮਰਜੀਤ, ਉਹ ਮੇਰਾ ਕਜ਼ਨ ਆ, ਅਤੇ ਇੱਕ ਮੁੰਡਾ ਹੋਰ ਅਮਰਜੀਤ, ਸਾਡੇ ਦੋਨੇ ਐਸੇ ਨੇ ਸਾਡੇ ਪੰਜਾਬ ਪੁਲਿਸ ਵਿੱਚ, ਇਹ ਵੀ ਸੀਗੇ ਅਤੇ ਆਪਣੇ ਸਾਡੇ ਏਰੀਏ ਦੇ ਚੇਅਰਮੈਨ ਸਾਹਿਬ ਰਹੇ ਜਿਹੜੇ ਸਰਦਾਰ ਰਣਜੀਤ ਸਿੰਘ, ਉਹ ਵੀ ਨੈਸ਼ਨਲ ਲੈਵਲ 'ਤੇ ਕਾਫੀ ਵਧੀਆ ਗੇਮ ਕੀਤੀ ਹੈ। ਤੁਸੀਂ ਕਿੱਦਾਂ ਇਸ ਗੇਮ 'ਚ ਤਰੱਕੀ ਕੀਤੀ ਔਰ ਤੁਹਾਨੂੰ ਆਪਣੇ ਅੰਤਰਰਾਸ਼ਟਰੀ ਪੱਧਰ 'ਤੇ ਤੁਸੀਂ ਕਿਹੜੀਆਂ ਕਿਹੜੀਆਂ ਈਵੈਂਟ ਵਿੱਚ ਖੇਡੇ ਔਰ ਉੱਥੇ ਕਿੰਨੇ ਕਿੰਨੇ ਮੈਡਲ ਹਾਸਲ ਕੀਤੇ? ਜਿੱਥੇ ਤੱਕ ਇੰਡੀਆ ਟੀਮ ਦਾ ਸਵਾਲ ਆ, ਮੈਂ ਜੂਨੀਅਰ ਲੈਵਲ 'ਤੇ ਵੀ ਇੰਡੀਆ ਮਤਲਬ ਨੈਸ਼ਨਲ ਦੇ ਵਿੱਚ ਜਦੋਂ ਚੈਂਪੀਅਨ ਬਣਿਆ ਤਾਂ ਮੈਨੂੰ ਸੀਨੀਅਰ ਟੀਮ 'ਚ ਵਿੱਚ ਸਿਲੈਕਟ ਕਰਕੇ ਇਹਨਾਂ ਨੇ ਆਪਣੇ ਕਟਕ ਭੇਜਤਾ। ਉੱਥੋਂ ਮੇਰਾ ਸਫ਼ਰ ਸ਼ੁਰੂ ਹੋਇਆ ਇੰਟਰਨੈਸ਼ਨਲ ਲੈਵਲ ਦਾ। ਸਭ ਤੋਂ ਪਹਿਲਾਂ ਮੈਂ 99 ਵਿੱਚ ਗਿਆ, ਮੈਂ ਇੰਗਲੈਂਡ ਜਿੱਥੇ ਮੈਂ ਸਿਲਵਰ ਮੈਡਲ ਲਿਆ। ਉਸ ਤੋਂ ਬਾਅਦ ਵੱਖ ਵੱਖ ਐਫਰੋਏਸ਼ੀਆ ਗੇਮਾਂ ਹੋਈਆਂ ਪਾਕਿਸਤਾਨ, ਉੱਥੇ ਮੇਰਾ ਮੈਡਲ ਆਇਆ। ਫਿਰ ਕਾਫੀ ਏਸ਼ੀਆ ਲੈਵਲ 'ਤੇ ਆਪਾਂ ਕਹਿ ਲਓ ਵੀ ਮੈਂ ਸਾਡੇ ਇੰਡੀਆ ਦੇ ਵਿੱਚ 2 ਹੀ ਸਿਲਵਰ ਆ, ਇੱਕ 1951 ਦੇ ਵਿੱਚ ਮਿਸਟਰ ਈਸ਼ਵਰ ਰਾਓ ਨੇ ਸਾਊਥ ਦੇ, ਅਤੇ ਦੂਸਰਾ ਮੇਰਾ 1998 ਵਿੱਚ ਏਸ਼ੀਆ ਵਿੱਚ ਸਿਲਵਰ ਮੈਡਲ ਸੀਗਾ। ਨੈਸ਼ਨਲ ਲੈਵਲ 'ਤੇ ਅਕਸਰ ਜਿਹੜੇ ਖਿਡਾਰੀ ਆ ਪੰਜਾਬ ਦੇ
ਉਹ ਵੀ ਚੰਗਾ ਪ੍ਰਦਰਸ਼ਨ ਕਰਦੇ ਰਹੇ, ਉਹ ਨੈਸ਼ਨਲ ਲੈਵਲ 'ਤੇ ਖਿਡਾਰੀ ਦੇ ਤੌਰ 'ਤੇ ਕਿੰਨਾ ਕੁ ਔਖਾ ਹੁੰਦਾ ਇੱਕ ਮੈਡਲ ਹਾਸਿਲ ਕਰਨਾ? ਕੋਈ ਵੀ ਗੇਮ ਲਾ ਲਓ ਜੀ, ਕੋਈ ਵੀ ਤੁਸੀਂ ਨੈਸ਼ਨਲ ਲੈਵਲ 'ਤੇ ਕੰਪਲੀਟ ਕਰਦੇ ਹਾਂ ਜਿਹਦੇ ਵਿੱਚ ਆਪਣੇ ਆਪ ਨੂੰ ਦਿਨ ਬਾਏ ਦਿਨ ਤੁਸੀਂ ਇੰਪਰੂਵ ਕਰਦੇ ਹਾਂ, ਹੌਲੀ ਹੌਲੀ ਆਪਾਂ ਉੱਪਰ ਚੜ੍ਹਦੇ ਹਾਂ, ਅਤੇ ਇਸ ਤਰ੍ਹਾਂ ਵੀ ਆਪਣੇ ਪੇਸ਼ੈਂਸ ਵਿੱਚ ਰਹਿ ਕੇ ਗੇਮ ਕਰੋ, ਹਰੇਕ ਲੈਵਲ ਬੰਦਾ ਅਚੀਵ ਕਰ ਜਾਂਦਾ। ਵੇਟ ਲਿਫਟਿੰਗ ਇੱਕ ਜੋੜ ਵਾਲੀ ਗੇਮ ਮੰਨੀ ਜਾਂਦੀ ਹੈ, ਔਰ ਜਿਹੜਾ ਭਾਰਤ ਦਾ ਪ੍ਰਦਰਸ਼ਨ ਆ ਉਹ ਲਗਾਤਾਰ ਇੱਥੇ ਗਿਰਾਵਟ ਹੁੰਦੀ ਜਾ ਰਹੀ ਹੈ। ਏਸ਼ੀਆ ਲੈਵਲ 'ਤੇ ਵੀ ਲੰਬਾ ਸਮਾਂ ਹੋ ਗਿਆ ਇੱਥੇ ਮੈਡਲ ਨਹੀਂ ਮਿਲੇ। ਤੁਸੀਂ ਐਜ ਏ ਵੇਟ ਲਿਫਟਰ ਖਿਡਾਰੀ ਕੀ ਸੋਚਦੇ ਹੋ, ਕਿਉਂ ਭਾਰਤੀ ਖਿਡਾਰੀ ਹੁਣ ਉਹਨਾਂ ਤੋਂ ਭਾਰ ਨਹੀਂ ਚੁੱਕ ਹੋ ਰਿਹਾ? ਨਹੀਂ ਨਹੀਂ, ਐਸੀ ਤਾਂ ਕੋਈ ਗੱਲ ਨਹੀਂ, ਇਸ ਟਾਈਮ ਸਾਡੀ ਇੰਡੀਆ ਦੀ ਜਿਹੜੀ ਵੇਟ ਲਿਫਟਿੰਗ ਟੀਮ ਆ ਉਹਦੇ ਵਿੱਚ ਪੰਜਾਬੀ ਵੀ ਕਾਫੀ ਆ, ਸਾਊਥ ਦੇ ਮੁੰਡੇ ਕਾਫੀ ਆ, ਕਾਫੀ ਉਹਨਾਂ ਪਿਛਲੇ ਰਾਸ਼ਟਰ ਮੰਡਲ ਖੇਡਾਂ ਹੋਈਆਂ ਜਿਹਦੇ ਵਿੱਚ ਕਾਫੀ ਮੈਡਲ ਸੀਗੇ ਸਾਡੇ। ਮੇਰੇ ਤੋਂ ਬਾਅਦ ਸੁਪਰ ਹੈਵੀ ਵਿੱਚ ਜਿਹੜੇ ਹੁਣ ਮੁੰਡੇ ਪੰਜਾਬ ਦੇ ਆ ਉਹ ਵੀ ਬਹੁਤ ਵਧੀਆ ਅਚੀਵ ਕਰ ਰਹੇ ਆ। ਉਹ ਸਾਰੇ ਮੁੰਡੇ ਥੋੜ੍ਹੇ ਜੂਨੀਅਰ ਨੇ, ਬਟ ਮੈਨੂੰ ਆਸ ਹੈ ਵੀ ਬਹੁਤ ਵਧੀਆ ਲੈਵਲ ਇਹ ਆਉਣ ਵਾਲੇ ਸਾਲਾਂ ਵਿੱਚ ਬਣਾਉਣਗੇ। ਓਲੰਪਿਕ ਵਿੱਚ ਜਦੋਂ ਖਿਡਾਰੀ ਖੇਡਦਾ ਹੈ ਉਹ ਕਿੰਨਾ ਉਹ ਔਖਾ ਕਿਉਂ ਹੋ ਜਾਂਦਾ ਉਹਦੇ ਲਈ ਮੈਡਲ ਹਾਸਿਲ ਕਰਨਾ, ਕਿਉਂਕਿ ਰਾਸ਼ਟਰਮੰਡਲ ਖੇਡਾਂ ਵੀ ਵਿੱਚ ਵੀ ਯੂਰੋਪੀਅਨ ਦੇ ਦੇਸ਼ ਖੇਡਦੇ ਹਨ, ਏਸ਼ੀਅਨ ਖੇਡਾਂ ਵਿੱਚ ਵੀ ਤਕੜੀਆਂ ਕੰਟਰੀਆਂ ਖੇਡਦੀਆਂ ਹਨ, ਫਿਰ ਓਲੰਪਿਕ ਵਿੱਚ ਇਹ ਕੰਪੀਟੀਸ਼ਨ ਕੀ ਵੱਧ ਜਾਂਦਾ ਜ਼ਿਆਦਾ ਤਾਂ ਨਹੀਂ ਮੈਡਲ ਮਿਲਦਾ ਜਾਂ ਹੋਰ ਕੋਈ ਕਾਰਨ? ਨਹੀਂ, ਕਾਰਨ ਤਾਂ ਮਿਹਨਤ ਕਰਨ ਵਿੱਚ ਸਾਡਾ ਜਿਹੜਾ ਇੰਡੀਅਨ ਦੇ ਇੰਡੀਅਨ ਕੋਈ ਵੀ ਸਪੋਰਟਸ ਲਾ ਲਓ ਜਾਂ ਵੇਟ ਲਿਫਟਿੰਗ ਜੇ ਆਪਾਂ ਗੱਲ ਕਰੀਏ, ਮਿਹਨਤ ਕੋਲੋਂ ਡੈਡੀਕੇਸ਼ਨ ਵੱਲੋਂ ਸਾਡੇ ਵਿੱਚ ਕੋਈ ਘਾਟ ਨਹੀਂ ਗਈ, ਬਟ ਕਈ ਵਾਰੀ ਸੈਂਟੀਫਿਕ ਤੌਰ 'ਤੇ ਥੋੜ੍ਹਾ ਹੀ ਪਿੱਛੇ ਰਹੇ ਨੇ ਹਾਂ। ਅਦਰਵਾਈਜ਼ ਜਿੱਦਾਂ ਹੁਣ ਸਾਡੀ ਗੌਰਮੈਂਟ ਲੱਗੀ ਆ, ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਵਿੱਚ ਕਾਫੀ ਤਰੱਕੀ ਕਰੂਗਾ ਭਾਰਤ। ਪੰਜਾਬ ਦੇ ਮੁਕਾਬਲੇ ਹਰਿਆਣਾ 'ਚ ਜ਼ਿਆਦਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੀ ਆ ਸਰਕਾਰ, ਔਰ ਉੱਥੇ ਜ਼ਿਆਦਾ ਖਿਡਾਰੀ ਪੰਜਾਬ ਦੇ ਮੁਕਾਬਲੇ ਨਿਕਲੇ, ਤੁਸੀਂ ਕੀ ਸੋਚਦੇ ਹੋ ਇਹਦਾ ਕੀ ਕਾਰਨ ਹੈ? ਕਈ ਵਾਰੀ ਕੋਈ ਗੌਰਮੈਂਟ ਦੀਆਂ ਪੋਲਿਸੀਆਂ ਹੁੰਦੀਆਂ, ਬਟ ਹੁਣ ਕੈਪਟਨ ਸਾਹਿਬ ਨੇ ਮੈਨੂੰ ਲੱਗਦਾ ਵੀ ਪੰਜਾਬ ਵੱਲ ਵੀ ਕਾਫੀ ਧਿਆਨ ਦਿੱਤਾ ਆ, ਜਿਹਦੇ ਕਰਕੇ ਹੁਣ ਪੰਜਾਬ ਵੀ ਆਉਣ ਵਾਲੇ ਸਾਲਾਂ ਵਿੱਚ ਤਾਂ ਉੱਤੇ ਇੱਕ ਦੋ ਸਾਲ ਲੱਗਦੇ ਜਦੋਂ ਵੀ ਕੋਈ ਫੀਲਡ ਹੋਵੇ, ਬਟ ਹੁਣ ਸਾਡੇ ਸਪੋਰਟਸ ਮਿਨਿਸਟਰ ਬਣੇ ਨੇ ਮਿਸਟਰ ਸੋਢੀ ਜੀ, ਉਹ ਕਾਫੀ ਆਸ ਹੈਗੀ ਆ ਵੀ ਵਧੀਆ ਸਪੋਰਟਸ ਨੂੰ ਸਾਰਿਆਂ ਨੂੰ ਬੂਸਟ ਕਰਕੇ ਉੱਤੇ ਲੈ ਕੇ ਆਉਣਗੇ। ਤੁਹਾਡੇ ਆਪਣੇ ਖੇਡਾਂ ਦੇ ਕੈਰੀਅਰ 'ਚ ਉਹ ਕਿਹੜਾ ਮੌਕਾ ਸੀ ਜਦੋਂ ਤੁਹਾਨੂੰ ਕੋਈ ਇਨਾਮ ਜਿੱਤਣ 'ਤੇ ਜਾਂ ਪਹਿਲਾ ਇਨਾਮ ਕਦੋਂ ਮਿਲਿਆ, ਔਰ ਬਹੁਤ ਜ਼ਿਆਦਾ ਖੁਸ਼ੀ ਜਿਹੜੀ ਅੱਜ ਤਾਈਂ ਤੁਸੀਂ ਭੁਲਾ ਨਹੀਂ ਸਕਦੇ? ਸਭ ਤੋਂ ਪਹਿਲਾਂ ਜੀ ਮੈਂ ਸਾਡੇ ਡਿਸਟ੍ਰਿਕਟ ਦਾ ਇੱਥੇ ਕੰਪੀਟੀਸ਼ਨ ਹੋਇਆ ਸੀਗਾ ਜਲੰਧਰ ਰੈੱਡ ਕ੍ਰਾਸ ਭਵਨ, ਅਤੇ ਮੈਂ ਉਦੋਂ ਨਵਾਂ ਨਵਾਂ ਮੇਰਾ ਕੋਚ ਨੇ ਸਰਦਾਰ ਹਰਵੀਰ ਸਿੰਘ ਜੀ ਸੰਧੂ, ਉਹਨਾਂ ਨੇ ਮੈਨੂੰ ਉਹ ਮੈਨੂੰ ਰਸ਼ਨ ਕਹਿੰਦੇ ਹੁੰਦੇ ਸੀ ਵੀ ਰਸ਼ਨ ਹੈ ਸਾਡਾ ਲਿਫਟਰ ਇਹ, ਮੇਰਾ ਉਦੋਂ ਮੈਂ ਡਿਸਟ੍ਰਿਕਟ ਵਿੱਚੋਂ ਸੈਕਿੰਡ ਆਏ ਅਤੇ ਮੇਰੀ ਮੈਨੂੰ ਬੜੀ ਖੁਸ਼ੀ ਹੋਈ ਸੀ ਵੀ ਮੈਂ ਇੱਕ ਮੈਡਲ ਲੈ ਕੇ ਆਇਆ ਪਹਿਲੀ ਵਾਰੀ ਘਰ। ਜਦੋਂ ਏਸ਼ੀਆ 'ਚ ਤੁਸੀਂ ਮੈਡਲ ਜਿੱਤਿਆ ਸਿਲਵਰ ਦਾ ਪਹਿਲੀ ਵਾਰ, ਉਦੋਂ ਕਾਫੀ ਸਮੇਂ ਬਾਅਦ ਇੰਡੀਆ ਨੂੰ ਉਸ ਈਵੈਂਟ 'ਚ ਮੈਡਲ ਮਿਲਿਆ ਸੀ, ਉਹ ਪਲ ਕਿੱਦਾਂ ਦੇ ਸੀ? ਉਹ ਤਾਂ ਪਲ ਇਹੋ ਜਿਹਾ ਜੀ ਨਾ ਭੁਲਾਉਣ ਯੋਗ ਗੱਲਾਂ ਹੁੰਦੀਆਂ, ਇਹੋ ਜਿਹੀਆਂ ਜੇ ਕਦੀ ਕਦੀ ਹੁੰਦੀਆਂ ਲਾਈਫ 'ਚ। ਪਹਿਲਾਂ ਜਦੋਂ ਲਿਆ ਸੀਗਾ ਮਿਸਟਰ ਈਸ਼ਰਾ ਨੂੰ, ਮੈਂ ਤਾਂ ਉਹਨਾਂ ਦਾ ਨਾਮ ਵੀ ਨਹੀਂ ਸੁਣਿਆ ਸੀਗਾ, ਬਟ ਜਦੋਂ ਮੇਰਾ ਮੈਡਲ ਆਇਆ ਸਿਲਵਰ ਮੈਡਲ, ਮੈਨੂੰ ਇਹ ਵੀ ਨਹੀਂ ਪਤਾ ਸੀਗਾ ਵੀ ਸਿਲਵਰ ਮੈਡਲ ਦੂਜਾ ਬੰਦਾ ਮੈਂ ਜਿੱਤਣ ਵਾਲਾ, ਮੈਨੂੰ ਇੰਨਾ ਵਧੀਆ ਲੱਗਾ ਉਦੋਂ ਵੀ ਕੋਈ ਖੁਸ਼ੀ ਦਾ ਠਿਕਾਣਾ ਨਹੀਂ ਸੀ ਵੀ ਮੈਂ ਇੱਕ ਉਹ ਕੰਮ ਅਚੀਵ ਕੀਤਾ ਜਿਹੜਾ ਮੈਂ ਸੈਕਿੰਡ ਇੰਡੀਅਨ ਬਣਿਆ ਮੈਡਲ ਜਿੱਤਣ ਵਿੱਚ। ਐਜ਼ ਏ ਵੇਟ ਲਿਫਟਰ ਜਦੋਂ ਖਿਡਾਰੀ ਇਸ ਗੇਮ 'ਚ ਖੇਡਦਾ, ਕਈ ਵਾਰ ਸਮਾਂ ਆਉਂਦਾ ਵੀ ਉਹ ਪਿਛੜ ਜਾਂਦਾ, ਉੱਤੋਂ ਦੋ ਤਿੰਨ ਟਰਾਈਆਂ ਵਿੱਚ ਉਹ ਆਪਣਾ ਜਿੱਥੇ ਉਹ ਟੀਚਾ ਹਾਸਲ ਕਰਨਾ ਚਾਹੁੰਦਾ ਉਹ ਹਾਸਲ ਨਹੀਂ ਹੁੰਦਾ, ਫਿਰ ਉਹ ਕਿੰਨਾ ਕੁ ਉਦੋਂ ਦਬਾਅ ਪੈ ਜਾਂਦਾ, ਫਿਰ ਵਾਪਸੀ ਕਿਸ ਤਰ੍ਹਾਂ ਕਰਦਾ ਉਹ ਖਿਡਾਰੀ? ਤਿੰਨ ਹੀ ਟਰਾਈਆਂ ਹੁੰਦੀਆਂ ਜੀ ਵੇਟ ਲਿਫਟਿੰਗ ਵਿੱਚ, ਤਿੰਨ ਤਿੰਨ ਛੇ ਟਰਾਈਆਂ ਹੁੰਦੀਆਂ ਸਨੈਚ, ਤਿੰਨ ਸਨੈਚ, ਤਿੰਨ ਕਲੀਨ ਜਰਕ 'ਚ। ਜਿਹੜਾ ਦਬਾਅ ਦੀ ਤੁਸੀਂ ਗੱਲ ਕਰਦੇ ਹੋ, ਜਿੱਦਾਂ ਹਰੇਕ ਵੀ ਗੇਮ 'ਤੇ ਪ੍ਰੈਸ਼ਰ ਹੁੰਦਾ, ਜੇ ਤੁਹਾਡੀ ਪਹਿਲੀ ਟਰਾਈ ਮਿਸ ਹੋ ਗਈ ਆ ਅਤੇ ਤੁਹਾਨੂੰ ਕੰਸਨਟ੍ਰੇਸ਼ਨ ਕਰਨ ਵਾਸਤੇ ਮਲਜਨ ਮਾਇੰਡ ਆਪਣਾ ਮਾਇੰਡ ਬਿਲਕੁਲ ਸਟੇਟ ਫਾਰਵਰਡ ਉੱਥੇ ਲੈ ਕੇ ਜਾਓ ਵੀ ਮੈਂ ਇਹਨੂੰ ਹੈਕ ਐਂਡ ਕੁਇਕ ਕਰਨਾ ਹੈ। ਅਦਰਵਾਈਜ਼ ਜਿਵੇਂ ਕੰਪਟੀਸ਼ਨ ਤੋਂ ਬਾਅਦ ਜਦੋਂ ਤੁਸੀਂ ਨਿਕਲ ਜਾਂਦੀਆਂ ਸਾਰੀਆਂ ਆਪਣੀਆਂ ਲਿਫਟਾਂ ਸਾਰੀਆਂ ਨਿਕਲ ਜਾਂਦੀਆਂ, ਜੇ ਤੁਸੀਂ ਬਾਅਦ 'ਚ ਸੋਚੋਗੇ ਵੀ ਹੁਣ ਇੱਕ ਸਾਲ ਬਾਅਦ ਕੰਪਟੀਸ਼ਨ ਹੋਣਾ, ਉਹ ਵੀ ਕਾਫੀ ਪ੍ਰੈਸ਼ਰਾਈਜ਼ ਹੁੰਦਾ ਜਦੋਂ ਸੈਕਿੰਡ ਟਾਈਮ ਉਹ ਦੁਬਾਰਾ ਉਹ ਉਸ ਗੇਮ ਉਸ ਕੰਪਟੀਸ਼ਨ 'ਚ ਉਤਰਦਾ, ਉਹਦੇ ਉੱਤੇ ਕਾਫੀ ਦਬਾਅ ਹੁੰਦਾ ਵੀ ਮੈਂ ਪਿਛਲੇ ਸਾਲ ਮੇਰੇ ਤੋਂ ਹੋਇਆ ਨਹੀਂ ਸੀ ਜਾਂ ਕਿੱਦਾਂ ਵੀ ਉਸ ਵਾਸਤੇ ਪ੍ਰੈਪਰੇਸ਼ਨ ਕਰਨ ਵਾਸਤੇ ਉਹਨੂੰ ਵੱਖ ਵੱਖ ਜਿੱਦਾਂ ਅੱਜ ਕੱਲ੍ਹ ਚੱਲਦਾ ਆ ਮਾਇੰਡ ਸੈੱਟ ਕਰਨਾ ਪੈਂਦਾ,
ਵੀ ਮੈਂ ਜਿਵੇਂ ਪਿਛਲੀ ਵਾਰੀ ਮੈਂ 200 ਨਹੀਂ ਚੱਕ ਹੋਇਆ ਵੀ ਇਸ ਵਾਰੀ ਮੈਂ 210 ਕਿਲੋ 20 ਕਿਲੋ ਮੈਂ ਆਪਣਾ ਘਰ ਚੱਕ ਕੇ ਜਾਵਾਂ, ਆਪਣੇ ਸਟੇਡੀਅਮ ਚੱਕ ਕੇ ਜਾਵਾਂ, ਜਿਹੜਾ ਮੈਂ ਜਦੋਂ ਮੈਂ ਕੰਪਨੀ ਜਾ ਕੇ ਪਹਿਲਾਂ ਆਪਣੀ ਜਿਹੜੀ ਪੁਜੀਸ਼ਨ ਹੈ ਸ਼ੋਰ ਕਰਨ ਵਾਸਤੇ ਲਿਫਟ ਲੈ ਕੇ ਉਹ ਲਾਵਾਂ, ਇਸ ਕਰਕੇ ਵੀ ਉਹ ਹੌਲੀ ਹੌਲੀ ਵਧਾਵੇ ਫਿਰ ਚੰਗਾ ਲੱਗਦਾ। ਕਈ ਵਾਰ ਇਹਦਾ ਹੁੰਦਾ ਖਿਡਾਰੀ ਦੇ ਤੌਰ 'ਤੇ ਕੋਈ ਖਿਡਾਰੀ ਇੰਡੀਆ ਲੈਵਲ 'ਤੇ ਤਾਂ ਉਹ ਵੇਟ ਜਿਹੜਾ ਆਪਣਾ ਚੱਕ ਲੈਂਦਾ ਜ਼ਿਆਦਾ ਵੇਟ, ਪਰ ਜਦੋਂ ਕਿਸੇ ਅੰਤਰਰਾਸ਼ਟਰੀ ਈਵੈਂਟ ਜਾਂਦਾ ਉਹ ਆਪਣੇ ਜਿਹੜਾ ਬੈਸਟ ਆ ਉੱਤੋਂ ਵੀ ਹੇਠਾਂ ਰਹਿ ਜਾਂਦਾ, ਇਹ ਤਬਦੀਲੀ ਕਿੱਦਾਂ ਆ ਜਾਂਦੀ ਹੈ? ਕਈ ਵਾਰ ਡਾਇਟ ਦੀ ਹੋ ਜਾਂਦੀ ਆ, ਕਿੱਦਾਂ ਮਤਲਬ ਕੋਈ ਕੰਪੀਟੀਸ਼ਨ ਜਦੋਂ ਕਰਦਾ ਕੋਈ ਇੰਟਰਨਲ ਲੈਵਲ 'ਤੇ ਕੋਈ ਪ੍ਰੈਸ਼ਰ ਆ ਜਾਂਦਾ ਵੀ ਮੈਂ ਵੱਖ ਵੱਖ ਦੇਸ਼ ਦੇ ਖਿਡਾਰੀ, ਜਦੋਂ ਇੰਡੀਆ ਲੈਵਲ 'ਤੇ ਖੇਡਦਾ ਉਹਨੂੰ ਪਤਾ ਵੀ ਸਾਰੇ ਨਾਲ ਦੇ ਹੀ ਆ ਮੇਰੇ ਇੱਥੇ ਦੇ। ਕਈ ਵਾਰੀ ਬਹੁਤ ਕਾਰਨ ਆ ਜਿਹੜੇ ਮੈਂ ਐਕਸਪਲੇਨ ਨਹੀਂ ਕਰ ਸਕਦਾ ਵੀ, ਬਟ ਜਿਹੜਾ ਮੇਨ ਆ ਬੰਦੇ ਨੂੰ 95 ਤੋਂ ਲੈ ਕੇ ਜੇ ਤੁਸੀਂ ਮਾੜਾ ਵੀ ਚੱਲੇ ਘੱਟੋ ਘੱਟ ਆਪਣਾ 95-97 ਤੱਕ ਤੁਸੀਂ ਆਪਣਾ ਪੂਰਾ ਪ੍ਰੋਪਰ ਤੁਹਾਨੂੰ ਕਰਨਾ ਚਾਹੀਦਾ ਆ, ਜਿਸ ਕਰਕੇ ਤੁਹਾਡਾ ਕੌਨਫੀਡੈਂਸ ਅੱਗੇ ਤੋਂ ਵੱਧਦਾ ਆ। ਜੇ ਤੁਸੀਂ ਸਪੋਜ਼ ਕਰੋ ਇੱਥੇ ਇੰਡੀਆ 'ਚ ਤੁਸੀਂ ਮਤਲਬ ਆਪਣਾ 95% ਕਰਕੇ ਗਏ ਜਾਂ 100% ਕਰਕੇ ਗਏ ਆ, ਜੇ ਤੁਸੀਂ ਬਾਹਰ ਜਾ ਕੇ 101% ਕਰਦੇ ਆ ਤਾਂ ਇਟ ਮੀਨਸ ਤੁਹਾਡਾ ਆਉਣ ਵਾਲਾ ਸਮਾਂ ਹੋਰ ਵਧੀਆ ਨਿਕਲਦਾ। ਇਹ ਇਸ ਗੇਮ ਵਿੱਚ ਇੱਕ ਕੋਚ ਦਾ ਕਿੰਨਾ ਕੁ ਰੋਲ ਹੁੰਦਾ ਖਿਡਾਰੀ ਵਾਸਤੇ? ਕੋਚ ਤੋਂ ਬਗੈਰ ਤਾਂ ਕੋਈ ਮਤਲਬ ਕੁਛ ਵੀ ਨਹੀਂ ਕਰ ਸਕਦਾ ਬੰਦਾ ਵਿਦਆਊਟ ਕੋਚ ਤੋਂ। ਜੇ ਤੁਸੀਂ ਹਫ਼ਤੇ ਦਾ ਤੁਹਾਡਾ ਸ਼ਡਿਊਲ ਆ, ਕੋਚ ਸਾਹਿਬ ਨੂੰ ਪਤਾ ਹੁੰਦਾ ਵੀ ਇਹਨੂੰ ਮੈਂ ਕਿਹੋ ਜਿਹਾ ਕਿੰਨਾ ਇਹਨੂੰ ਮੈਂ ਲੋਡ ਦੇਣਾ, ਕਿੰਨਾ ਮੈਂ ਅੱਜ ਸੋਮਵਾਰ ਦੇਣਾ, ਕਿੰਨਾ ਮੰਗਲਵਾਰ ਨੂੰ, ਕਿੱਦਾਂ ਮਤਲਬ ਸਾਰਾ ਸਿਸਟਮੈਟਿਕਲੀ ਕੋਚ ਦੇ ਥਰੂ ਜਾਣਾ ਪੈਂਦਾ। ਤੁਸੀਂ ਐਜ ਏ ਖਿਡਾਰੀ ਅਰਜਨ ਅਵਾਰਡ ਪ੍ਰਾਪਤ ਕੀਤਾ, ਉਸ ਤੋਂ ਬਾਅਦ ਫਿਰ ਤੁਸੀਂ ਪੰਜਾਬ ਪੁਲਿਸ ਨਾਲ ਕਿਸ ਤਰ੍ਹਾਂ ਜੁੜੇ ਉਹ ਸਾਨੂੰ ਦੱਸੋ। ਪੰਜਾਬ ਪੁਲਿਸ ਵਿੱਚ ਸਾਡੇ ਪਹਿਲਾਂ ਮੈਂ ਰੇਲਵੇ ਸੀਗਾ, ਬਟ ਉਸ ਤੋਂ ਬਾਅਦ ਮੈਂ ਕੈਨੇਡਾ ਚਲ ਗਿਆ। ਜਦੋਂ ਕੈਨੇਡਾ ਤੋਂ ਆਇਆ ਤਾਂ ਭੁੱਲਰ ਸਾਹਿਬ ਸਾਡੇ ਡੀ ਜੀ ਪੀ ਸਾਹਿਬ ਉਦੋਂ ਟੀਮ ਬਣਾਉਣੀ ਚਾਹੁੰਦੇ ਸੀ ਵੇਟ ਲਿਫਟਿੰਗ ਦੀ, ਅਤੇ ਮੇਰੇ ਆਏ ਦਾ ਪਤਾ ਲੱਗਾ ਮੈਨੂੰ ਵੀ ਉਹਨਾਂ ਜੁਆਇਨ ਕੀਤਾ ਵੀ ਤੂੰ ਮੈਨੂੰ ਕਹਿੰਦੇ ਵੀ ਕੈਨੇਡਾ ਨਾ ਜਾ ਤੂੰ ਹੁਣ ਇੱਥੇ, ਮੈਨੂੰ ਫਿਰ ਉਹਨਾਂ ਏ ਐੱਸ ਆਈ ਭਰਤੀ ਕੀਤਾ, ਉੱਥੋਂ ਫਿਰ ਸਟਾਰਟ ਹੋ ਗਿਆ, ਮੈਂ ਦੁਬਾਰਾ ਗੇਮ ਸ਼ੁਰੂ ਕੀਤੀ ਆ ਗਏ। ਪੰਜਾਬ ਪੁਲਿਸ 'ਚ ਵੀ ਕਾਫੀ ਅਵਾਰਡ ਦਿੱਤੇ ਜਾਂਦੇ ਖਿਡਾਰੀਆਂ ਨੂੰ, ਤੁਸੀਂ ਕਿਹੜਾ ਅਵਾਰਡ ਤੁਹਾਨੂੰ ਪੰਜਾਬ ਪੁਲਿਸ 'ਚ ਮਿਲਿਆ? ਪੰਜਾਬ ਪੁਲਿਸ ਦਾ ਜਿਹੜਾ ਉਹਨਾਂ ਸ਼ੁਰੂ ਕੀਤਾ ਜੀ ਇੱਕ ਇਤਿਹਾਸ ਸਪੋਰਟਸਮੈਨਾਂ ਨੂੰ ਇਤਿਹਾਸ ਕਰਨ ਵਾਸਤੇ, ਉਹ ਹੈਗਾ ਪੰਜਾਬ ਪੁਲਿਸ ਦਾ ਪ੍ਰਾਈਡ ਆਫ ਪੰਜਾਬ ਪੁਲਿਸ ਅਵਾਰਡ, ਉਹ ਮੈਨੂੰ ਮਿਲਿਆ ਜੀ। ਐਜ ਏ ਸਪੋਰਟਸਮੈਨ ਕੋਈ ਨਵਾਂ ਬੱਚਾ ਇਸ ਗੇਮ ਨਾਲ ਜੁੜਨਾ ਚਾਹੁੰਦਾ ਹੈ, ਔਰ ਤੁਹਾਡੀ ਕੀ ਸਲਾਹ ਹੈ, ਉਹ ਕਿਸ ਤਰ੍ਹਾਂ ਇਸ ਗੇਮ ਨਾਲ ਜੁੜੇ, ਕਿਹੜੇ ਟਿਪਸ ਵਰਤੇ ਔਰ ਕਿਸ ਤਰ੍ਹਾਂ ਦੀ ਆਪਣੀ ਡਾਇਟ ਲਵੇ? ਸਭ ਤੋਂ ਪਹਿਲਾਂ ਤਾਂ ਕਈਆਂ ਸਾਡੇ ਪੇਰੈਂਟਸ ਨੂੰ ਹੁੰਦਾ ਦਿਮਾਗ ਵਿੱਚ ਵੀ ਜੇ ਬੱਚੇ ਨੂੰ ਆਪਾਂ ਛੋਟੀ ਉਮਰ 'ਚ ਭਾਰ ਚੱਕਣ ਲੱਗ ਜਾਈਏ ਤਾਂ ਉਹਦੀ ਹਾਈਟ ਨਹੀਂ ਵਧਣੀ, ਉਹਦਾ ਮਤਲਬ ਉਹਦੇ ਹੱਡ ਪੈਰ ਮੋਟੇ ਹੋਈ ਜਾਂ ਕਿੱਦਾਂ ਵੀ ਆ, ਮਤਲਬ ਪੇਰੈਂਟਸ ਡਰਦੇ ਆ ਵੀ ਹਾਈਟ ਨਹੀਂ ਵਧਣੀ। ਮੈਂ ਇੱਥੇ ਇਹ ਕਹਿਣਾ ਚਾਹੁੰਦਾ ਵੀ ਇਹੋ ਜਿਹੀ ਕੋਈ ਗੱਲ ਨਹੀਂ, ਵੀ ਸਮਾਂ ਹਾਈਟ ਹੋਰ ਵਧੂਗੀ, ਉਹਦੀ ਹੱਡੀਆਂ ਦੀ ਹੋਰ ਗਰੋਥ ਹੋਊਗੀ, ਅਤੇ ਉਹਦੇ ਜਿੰਨਾ ਉਹ ਜ਼ੋਰ ਲਾਊਗਾ ਬੋਡੀ ਉਹਦੇ ਮਸਲ ਸਾਰੇ ਵੱਧ ਫੁੱਲ ਕੇ ਉੱਤੇ ਆਉਂਦੇ ਆ, ਤੂੰ ਇਹੋ ਜਿਹੀ ਕੋਈ ਗੱਲ ਨਹੀਂ। ਅਤੇ ਦੂਜੀ ਗੱਲ ਮਤਲਬ ਮੇਰੇ ਹਿਸਾਬ ਨਾਲ 7-8 ਸਾਲ ਦੇ ਬੱਚੇ ਨੂੰ ਜੇ ਗੇਮ 'ਚ ਪਾ ਸਕਦੇ ਆਪਾਂ ਇਹਦੇ ਵਾਸਤੇ ਕੋਈ ਪ੍ਰੋਬਲਮ ਨਹੀਂ, ਬਾਹਰ ਤਾਂ 5 ਸਾਲ ਦੇ ਬੱਚੇ ਨੂੰ ਪਾਉਂਦੇ ਆ। ਅਤੇ ਰਹੀ ਗੱਲ ਖਾਣ ਪੀਣ ਦੀ, ਖਾਣ ਪੀਣ ਦੀ ਆਪਣਾ ਘਰ ਦਾ ਹੀ ਖਾਓ, ਬਾਹਰ ਅੱਜ ਕੱਲ੍ਹ ਬੱਚੇ ਕੋਲਡ ਡਰਿੰਕ ਜਾਂ ਹੋਰ ਡਰਾਈ ਜੰਕ ਫੂਡ ਖਾਂਦੇ ਆ, ਉਹਨਾਂ ਤੋਂ ਬਚਣਾ ਚਾਹੀਦਾ। ਅਤੇ ਸਾਫ਼ ਸੁਥਰਾ ਘਰ ਦਾ ਦੁੱਧ ਦਹੀਂ ਛੋਟੇ ਬੱਚੇ ਦਿਓ, ਬਾਕੀ ਵੱਡਾ ਹੋ ਕੇ ਜੋ ਹੁੰਦਾ ਤਾਂ ਉਹ ਨੈਚੁਰਲੀ ਚੱਲਦਾ ਰਹਿੰਦਾ। ਜਿਹੜਾ ਮੌਜੂਦਾ ਦੌਰ 'ਚ ਜਿਹੜਾ ਖੇਡਾਂ ਦੇ ਵਿੱਚ ਨਸ਼ਿਆਂ ਦਾ ਜਿਹੜਾ ਪ੍ਰਭਾਵ ਵੱਧ ਰਿਹਾ, ਔਰ ਕਾਫੀ ਜਿਹੜੀਆਂ ਗੇਮਾਂ ਦੇ ਖਿਡਾਰੀ ਇਹ ਨਸ਼ਿਆਂ ਦੀ ਜਿਹੜੀ ਲਾਂਹ 'ਤੇ ਆ ਉਹ 'ਚ ਫਸ ਰਹੇ, ਗੇਮ ਬਰਬਾਦ ਹੋ ਰਹੀ ਹੈ, ਐਜ ਏ ਸਪੋਰਟਸਮੈਨ ਤੁਸੀਂ ਕੀ ਮੰਨਦੇ ਹੋ ਵੀ ਕਿਸ ਤਰ੍ਹਾਂ ਜਿਹੜੀਆਂ ਗੇਮਾਂ ਤੋਂ ਆਪਾਂ ਜਿਹੜੇ ਖਿਡਾਰੀਆਂ ਨੂੰ ਨਸ਼ੇ ਤੋਂ ਦੂਰ ਰੱਖ ਸਕਦੇ? ਦੇਖੋ ਜੀ, ਕੋਈ ਵੀ ਆ ਅੱਜ ਜਿੱਦਾਂ ਹੁਣ ਪਿੰਡਾਂ ਵਿੱਚ ਖੇਡ ਮੇਲੇ ਚੱਲਦੇ ਆ, ਇਹ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਆ ਵੀ ਬੱਚੇ ਜਿਹੜੇ ਆ ਨਵੀਂ ਪਨੀਰੀ ਆ ਇਹਨਾਂ ਨੂੰ ਦੱਸਿਆ ਜਾਵੇ ਆਪਣੇ ਵਿਰਸੇ ਬਾਰੇ ਵੀ ਸਾਡਾ ਵਿਰਸਾ ਕਿਹੋ ਜਿਹਾ ਸੀਗਾ, ਸਾਡੇ ਬਜ਼ੁਰਗ ਕਿੱਦਾਂ ਸੀਗਾ ਖੇਡਦੇ, ਸਾਡੇ ਜਿਹੜਾ ਕਰੰਟ ਅਸੀਂ ਕਿੱਥੇ ਹਾਂ ਹੁਣ, ਜਾਂ ਜਿਹੜਾ ਜਿੱਦਾਂ ਹੁਣ ਪਿੰਡਾਂ ਵਿੱਚ ਟੂਰਨਾਮੈਂਟ ਹੁੰਦੇ ਆ ਉਹ ਇੱਕ ਬਹੁਤ ਵੱਡੀ ਇਨਕਰੇਜਮੈਂਟ ਆ। ਪਹਿਲਾਂ ਬਜ਼ੁਰਗ ਵਿਹਲੇ ਜਾਂ ਕੋਈ ਵੀ ਵਿਹਲਾ ਹੁੰਦਾ, ਜਿਹੜਾ ਵਿਹਲਾ ਬੰਦਾ ਸਥਾਨ ਦਾ ਘਰ ਆ, ਬਟ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਅੱਜ ਕੱਲ੍ਹ ਤੁਸੀਂ ਘੱਟੋ ਘੱਟ ਪਿੰਡਾਂ ਵਿੱਚ ਜਿਹੜੀਆਂ ਗਰਾਊਂਡਾਂ ਆ ਘੱਟੋ ਘੱਟ ਸ਼ਾਮ ਨੂੰ ਤੁਸੀਂ 2 ਘੰਟਾ ਜ਼ਰੂਰ ਉੱਥੇ ਜਾਣਾ ਚਾਹੀਦਾ, ਜਿਹਨਾਂ ਇਸ ਪਾਸਿਓਂ ਬੰਦੇ ਨੂੰ ਨਸ਼ਿਆਂ ਪ੍ਰਤੀ ਬੰਦੇ ਦਾ ਬਿਲਕੁਲ ਧਿਆਨ ਨਿਕਲ ਜਾਂਦਾ ਵੀ ਅਸੀਂ ਉੱਧਰ ਨੂੰ ਵੀ ਜਾਣਾ ਆ। ਜੇ ਸ਼ਾਮ ਦੇ ਵੇਲੇ ਲੋਕ ਜੇ ਨਸ਼ਾ ਕਰਦੇ ਤਾਂ ਤੁਸੀਂ ਉਸ ਟਾਈਮ ਜੇ ਤੁਸੀਂ ਆਪਣੀ 1-1.5 ਘੰਟਾ ਤੁਸੀਂ ਜਾਂਦੇ ਸਟੇਡੀਅਮ ਜਾਂਦੇ ਹਾਂ ਤਾਂ ਉਹ ਤੁਹਾਡਾ ਟਾਈਮ ਨਿਕਲ ਜਾਂਦਾ, ਅਤੇ ਇਸ ਕਰਕੇ ਕਾਫੀ ਕੁਛ ਰੁਕਿਆ ਜਾ ਸਕਦਾ, ਬਟ
ਦੇਖੋ ਹੁਣ ਗੌਰਮੈਂਟ ਵੀ ਕਰ ਰਹੀ ਆ ਆਪਣੀ, ਬਾਕੀ ਸਾਡੀ ਪੁਲਿਸ ਪੰਜਾਬ ਪੁਲਿਸ ਵੀ ਕਰ ਰਹੀ ਆ, ਦੇਖੋ ਗਾਂਹ ਤੋਂ ਗਾਂਹ ਕੀ ਬਣਦਾ। ਖੋਜੇਵਾਲ ਪਿੰਡ 'ਚ ਕੀ ਹੁਣ ਕੋਈ ਖਿਡਾਰੀ ਹੈ ਇੱਦਾਂ ਦੇ ਜਿਹੜੇ ਮੁੜ ਅਰਜਨ ਅਵਾਰਡ ਦੀ ਬਣ ਸਕਦੇ ਭਵਿੱਖ 'ਚ? ਤੁਸੀਂ ਕਿੰਨਾ ਕੁ ਆਪਣੇ ਪਿੰਡ ਨੂੰ ਹੁਣ ਇਸ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਸ ਗੇਮ ਨਾਲ ਜੋੜ ਰਹੇ ਹੋ? ਸਾਡੇ ਪਿੰਡ ਵਧੀਆ ਵੇਟ ਲਿਫਟਿੰਗ ਦਾ ਜਿੰਮ ਹੈਗਾ ਇਸ ਟਾਈਮ, ਬਟ ਸਾਡੇ ਹੁਣ ਮੁੰਡਾ ਮੇਰੇ ਖਿਆਲ ਮੈਂ ਇੱਕ ਦੋ ਮੁੰਡੇ ਹੈਗੇ ਜਿਹੜੇ ਨੈਸ਼ਨਲ ਲੈਵਲ ਦੇ ਹੁਣ ਖੇਡ ਚੁੱਕੇ, ਮੁੰਡਾ ਗੁਰਪਾਲ ਆ ਸਾਡੇ ਪਿੰਡੋਂ, ਉਹ ਵੀ ਵਧੀਆ ਕੰਡ ਆ। ਬਟ ਜਿਹੜਾ ਨਾ ਮੈਂ ਕਹਿੰਦਾ ਮੈਂ ਅਰਜਨਾ ਵਾਰਡ ਲੈ ਸਕਦਾ, ਅਤੇ ਕੋਈ ਵੀ ਬੰਦਾ ਅਰਜਨਾ ਵਾਰਡ ਲੈ ਸਕਦਾ ਆਪਣੀ ਮਿਹਨਤ ਨਾਲ, ਇਹ ਤਾਂ ਮਿਹਨਤ ਦੇ ਕਰੂੰਗੇ ਤਾਂ ਤੁਹਾਨੂੰ ਮਿਲਣਾ, ਉੱਦਾਂ ਨਹੀਂ। ਇਹ ਖਿਡਾਰੀ ਲਈ ਅਰਜਨ ਅਵਾਰਡ ਦੇ ਜਦੋਂ ਉਹਨਾਂ ਨੂੰ ਮਿਲਦਾ ਜਾਂ ਉਹਨਾਂ ਨੂੰ ਨੋਮੀਨੇਟ ਹੋ ਜਾਂਦੇ, ਕਿੰਨੇ ਕੁ ਮਾਇਨੇ ਹੁੰਦੇ? ਦੇਖੋ ਜੀ, ਜਿਹੜਾ ਅਰਜਨਾ ਅਵਾਰਡ ਆ, ਜਦੋਂ ਬੰਦੇ ਨੂੰ ਪਤਾ ਲੱਗਦਾ ਮੈਨੂੰ ਅੱਜ ਅਰਜਨਾ ਅਵਾਰਡ ਮੈਂ ਡਿਕਲੇਅਰ ਹੋਇਆ, ਮੇਰੇ ਹਿਸਾਬ ਨਾਲ ਤਾਂ ਇਸ ਤੋਂ ਉੱਤੇ ਕੋਈ ਅਵਾਰਡ ਨਹੀਂ ਗਾ ਵੈਸੇ ਇੰਡੀਆ ਦਾ ਜਿਹੜਾ ਅਰਜਨਾ ਅਵਾਰਡ ਆ। ਅਰਜਨਾ ਅਵਾਰਡ ਮਤਲਬ ਇੱਕ ਹਰੇਕ ਸਪੋਰਟਸਮੈਨ ਦਾ ਸੁਪਨਾ ਵੀ ਮੈਂ ਇੰਡੀਆ ਦਾ ਰਾਸ਼ਟਰਪਤੀ ਪੁਰਸਕਾਰ ਲਵਾਂ ਅਰਜਨਾ ਅਵਾਰਡ, ਅਤੇ ਜਦੋਂ ਮਿਲ ਜਾਂਦਾ ਉਹ ਤੁਹਾਡੀ ਇੱਕ ਵੱਖਰੀ ਪਛਾਣ ਬਣ ਜਾਂਦੀ ਆ, ਤੁਹਾਨੂੰ ਲੋਕ ਜਦੋਂ ਨਾਂ ਦੇ ਮਗਰ ਅਰਜਨਾ ਅਵਾਰਡ ਲੱਗਦਾ, ਅਤੇ ਮੇਰੇ ਹਿਸਾਬ ਨਾਲ ਇਸ ਤੋਂ ਉੱਤੇ ਕੋਈ ਖੁਸ਼ੀ ਹੈ ਨਹੀਂ ਸਪੋਰਟਸਮੈਨ। ਓਲੰਪਿਕ 'ਚ ਵੀ ਖੇਡਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ, ਔਰ ਤੁਹਾਡੀ ਵੀ ਚੋਣ ਹੋਈ ਹੋਊਗੀ, ਪਤਾ ਲੱਗਾ ਵੀ ਸ਼ਾਇਦ ਤੁਸੀਂ ਜਦੋਂ ਤੁਹਾਨੂੰ ਮੌਕਾ ਮਿਲਿਆ ਸੀ ਉੱਥੇ ਖੇਡਣ ਦਾ, ਸ਼ਾਇਦ ਤੁਸੀਂ ਇੰਜਰਡ ਹੋ ਗਏ ਸੀ ਉਹ ਉੱਥੇ ਫਿਰ ਜਾ ਨਹੀਂ ਸਕੇ, ਉਹ ਕਿੱਦਾਂ ਦੀ ਮੂਵਮੈਂਟ ਸੀ ਕਿ ਅੱਜ ਵੀ ਸੁਪਨਾ ਹੈ ਤੁਹਾਡਾ ਕਿ ਤੁਸੀਂ ਓਲੰਪਿਕ 'ਚ ਖੇਡੇ ਹੁੰਦੇ ਔਰ ਮੈਡਲ ਮਿਲਿਆ ਹੁੰਦਾ? ਨਹੀਂ, ਮੈਡਲ ਤਾਂ ਬੜੀ ਦੂਰ ਦੀਆਂ ਗੱਲਾਂ ਸੀਗੀਆਂ ਉਦੋਂ, ਮਤਲਬ ਮੇਰੇ ਜਦੋਂ ਟਾਇਲਾਂ ਸੱਟ ਲੱਗੀ ਸੀ ਮੇਰੇ, ਤਾਂ ਉਸ ਤੋਂ ਬਾਅਦ ਚਲੋ ਸਿਲੈਕਸ਼ਨ ਵੀ ਸੀਗੀ ਹੋਈ, ਬਟ ਇੱਕ ਸੁਪਨਾ ਤਾਂ ਹੁੰਦਾ ਵੀ ਮਗਰ ਓਲੰਪੀਅਨ ਜਾਂ ਵੀ ਬੰਦੇ ਦੇ ਨਾਮ ਮਗਰ ਓਲੰਪੀਅਨ ਲੱਗਦਾ, ਬਟ ਕੋਈ ਮੈਂ ਤਾਂ ਹੁਣ ਇਹ ਚਾਹੁੰਦਾ ਭਾਈ ਵੀ ਜਿਹੜੇ ਹੁਣ ਨਵੇਂ ਮੁੰਡੇ ਸਾਡੇ ਪੰਜਾਬ ਦੇ ਹੈਗੇ ਨਾ, ਉਹਨਾਂ ਵਿੱਚ ਮਿੱਤੋਂ ਵੀ ਵਧੀਆ ਕੈਪੀਬਿਲਿਟੀ ਆ ਇਸ ਟਾਈਮ, ਜਿਹੜੇ ਸਾਡੇ 3-4 ਵੇਟ ਆ ਉੱਪਰਲੇ, 94 ਹੋ ਗਿਆ, 105 ਪਲੱਸ, ਵੀ ਉਹ ਜਾਣ ਅਤੇ ਉਹ ਮੈਡਲ ਲੈ ਕੇ ਆਉਣ, ਵੀ ਕਿਉਂਕਿ ਜਦੋਂ ਮੈਂ ਤੁਸੀਂ ਮੇਰੀ ਗੱਲ ਕੀਤੀ ਆ ਵੀ ਮੈਡਲ ਦਾ ਤਾਂ ਉਸ ਟਾਈਮ ਵੀ ਕੋਈ ਚਾਂਸ ਨਹੀਂ ਹੈ, ਮਤਲਬ ਨਹੀਂ ਸੀਗਾ ਬਿਲਕੁਲ। ਜਦੋਂ ਵਿਦੇਸ਼ਾਂ ਦੇ ਮੁਕਾਬਲੇ ਅਕਸਰ ਜਿਹੜੇ ਭਾਰਤੀ ਇਹ ਆਪਣੇ ਭਾਰਤ ਤੋਂ ਲਗਾ ਉਹਨਾਂ ਦਾ ਪ੍ਰਦਰਸ਼ਨ ਇੰਨਾ ਚੰਗਾ ਨਹੀਂ ਹੁੰਦਾ, ਕੀ ਇਹ ਵਿਦੇਸ਼ੀ ਜਿਹੜੇ ਖਿਡਾਰੀ ਹੁੰਦੇ ਜਾਂ ਭਾਰਤੀ ਖਿਡਾਰੀ ਇਹਨਾਂ 'ਚ ਕੀ ਫਰਕ ਰਹਿ ਜਾਂਦਾ ਕਿ ਇੱਥੇ ਕੋਚਿੰਗ ਦੀਆਂ ਸਹੂਲਤਾਂ ਘੱਟ ਆ ਜਾਂ ਸਰਕਾਰਾਂ ਸਾਥ ਨਹੀਂ ਦਿੰਦੀਆਂ, ਇਹ ਜਿਹੜਾ ਅੰਤਰ ਆ ਇਹ ਕਿਉਂ ਰਹਿ ਜਾਂਦਾ? ਦੇਖੋ ਜੀ, ਮੈਂ ਪਹਿਲਾਂ ਵੀ ਆਪਾਂ ਗੱਲ ਕੀਤੀ ਆ, ਜਿਹੜੀ ਮੇਨ ਹੁਣ ਜਿੱਦਾਂ ਜਿਹੜੀ ਇੰਡੀਆ ਦੀ ਟੀਮ ਆ ਮੇਰੇ ਜਿੰਨੀ ਕੁ ਮੈਂ ਜਾਣਦਾ ਹਾਂ, ਉਹਦੇ ਵਿੱਚ ਕਾਫੀ ਪੋਟੈਂਸ਼ੀਅਲ ਆ ਹੁਣ ਇਸ ਟਾਈਮ, ਜਿਹੜੇ ਤੁਸੀਂ ਕਹਿੰਦੇ ਵੀ ਬਾਹਰਲੇ ਵੀ ਇਨਸਾਨ ਹੀ ਆ ਵੈਸੇ ਤਾਂ, ਬਟ ਜਿੱਦਾਂ ਉਹਨਾਂ ਦੀ ਸੈਂਟੀਫਿਕਲੀ ਉਹਨਾਂ ਦੀ ਜਿੱਦਾਂ ਆਪਣੇ ਹੁਣ ਮਸਲ ਦੀ ਹੁਣ ਤਾਂ ਇੰਡੀਆ ਵਿੱਚ ਬੜਾ ਇੰਪਰੂਵ ਕਰ ਲਿਆ ਵੀ ਆਪ ਸਾਡੇ ਕੋਈ ਗੋਡਾ ਖਰਾਬ ਹੋ ਗਿਆ ਜਾਂ ਕੋਈ ਹੋਰ ਪ੍ਰੋਬਲਮ ਆ ਗਈ ਜਿਹਨੂੰ ਕਿ ਸੈਂਟੀਫਿਕਲੀ ਜਲਦੀ ਆਪਾਂ ਠੀਕ ਕਰ ਜਾਂਦੇ ਹਾਂ। ਇੱਦਾਂ ਹੁਣ ਬਾਹਰਲੇ ਜਿਹੜੇ ਆ ਕੁਛ ਉਹਨਾਂ ਦੀਆਂ ਖੁਰਾਕ ਵੀ ਆਪਣੀ ਵੀ ਹੁਣ ਕੋਈ ਮਾੜੀ ਨਹੀਂ ਗੀ, ਬਟ ਇਹ ਕਈ ਵਾਰੀ ਬੰਦੇ ਦਾ ਕੈਪੀਬਿਲਿਟੀ 'ਤੇ ਬੰਦਾ ਨਹੀਂ ਖਰਾ ਉਤਰਦਾ, ਹੁਣ ਵੈਸੇ ਕੋਈ ਖਾਸ ਫਰਕ ਨਹੀਂ ਗਾ, ਬੜੇ ਥੋੜ੍ਹੇ ਮਤਲਬ ਥੋੜ੍ਹਾ ਹੀ ਸਾਡਾ ਉਹਨਾਂ ਦੇ ਜਿੱਦਾਂ ਆਪਣੇ ਹੁਣ ਜਿਹੜੇ ਮੈਚ ਦੇਖੇ ਜਿਹੜੇ 3-4 ਕੰਪਨੀ ਦੇਖੇ ਮੁੰਡਿਆਂ ਦੇ, ਉਹਨਾਂ ਵਿੱਚ ਅਸੀਂ ਕੋਈ ਬਾਹਲਾ ਜ਼ਿਆਦਾ ਪਿੱਛੇ ਨਹੀਂ ਗਏ ਉਹਨਾਂ ਤੋਂ, ਬਟ ਥੋੜ੍ਹਾ ਜਿਹਾ ਹੁਣ ਹੋਰ ਹੰਭਲਾ ਸਾਡੀ ਗੌਰਮੈਂਟ ਮਾਰੇ, ਕੁਛ ਡਾਇਟ ਉਹਨਾਂ ਦੀ ਇੰਪਰੂਵ ਕਰੇ, ਕੁਛ ਉਹਨਾਂ ਦੇ ਜਿਹੜੇ ਕੈਂਪ ਆ ਜਿਹੜਾ ਸਪੋਜ ਕਰੋ ਜਿਹੜੇ ਤੁਸੀਂ ਕਹਿੰਦੇ ਬਹੁਤ ਵਧੀਆ ਸਪੋਰਟਸਮੈਨ ਆ, ਤੁਸੀਂ ਉਹਨਾਂ ਦੇ ਨਾਲ ਉਹਨਾਂ ਦੀ ਕੈਂਪਿੰਗ ਅਰੇਂਜ ਕਰੋ, ਅਮੈਰੀਕਾ ਜਾਂ ਇੱਥੇ ਜਿੱਥੇ ਵੀ ਇਰਾਨ ਕਰਨਾ ਜਾਂ ਚਾਈਨੀਜ਼ ਜਿਹੜੇ ਉਹ ਸਪੋਰਟਸਮੈਨ ਜਿਸ ਲੈਵਲ 'ਤੇ ਖੇਡਦੇ ਆ ਉਹਦੇ ਨਾਲ ਤੁਸੀਂ ਜਦੋਂ ਡੇਲੀ ਗੱਲ ਕਰੋਗੇ, ਡੇਲੀ ਜਿੱਦਾਂ ਦੇਖ ਕੇ ਬੰਦਾ ਜਿੱਦਾਂ ਕਿਤੇ ਕਹਿੰਦੇ ਪੰਜਾਬੀ ਖਰਬੂਜੇ ਦੇ ਕੇ ਰੰਗ ਬਦਲ ਲੈਂਦਾ, ਤਾਂ ਸਾਨੂੰ ਉਹਨਾਂ ਨਾਲ ਰਹਿਣ ਦਾ ਜ਼ਿਆਦਾ ਸਮਾਂ ਮਿਲੂਗਾ, ਅਤੇ ਉਹਨਾਂ ਦੀ ਟੈਕਨੀਕ ਪਤਾ ਲੱਗੂਗੀ, ਉਹਨਾਂ ਦੀ ਡਾਇਟ ਬਾਰੇ ਜਿੱਦਾਂ ਉਹਨਾਂ ਦੇ ਨਾਲ ਰਹਿ ਕੇ ਸਾਨੂੰ ਪਤਾ ਲੱਗੂਗਾ, ਤਾਂ ਸ਼ਾਇਦ ਅਸੀਂ ਹੋਰ ਜ਼ਿਆਦਾ ਇੰਪਰੂਵ ਕਰ ਜਾਈਏ। ਇਹ ਸਨ ਅਰਜੁਨ ਅਵਾਰਡੀ ਦਲਵੀਰ ਸਿੰਘ ਦਿਓਲ, ਜਿਨ੍ਹਾਂ ਨੇ ਉਸ ਸਮੇਂ ਏਸ਼ੀਅਨ ਖੇਡਾਂ ਵਿੱਚ ਮੈਡਲ ਹਾਸਲ ਕੀਤੇ ਜਦੋਂ ਕਾਫੀ ਵਕਵਾ ਪੈ ਗਿਆ ਸੀ, ਭਾਰਤ ਨੂੰ ਮੈਡਲ ਨਹੀਂ ਮਿਲ ਸਕੇ ਸਨ। ਇਹ ਇਹੀ ਆਸ ਕਰਦੇ ਹਨ ਕਿ ਭਾਰਤ ਵਿੱਚ ਹੁਨਰ ਦੀ ਕੋਈ ਘਾਟ ਨਹੀਂ ਹੈ, ਉਸ ਨੂੰ ਬਸ ਨਿਖਾੜਨ ਦੀ ਲੋੜ ਹੈ। ਅੱਜ ਵੀ ਪੰਜਾਬ ਦੇ ਖਿਡਾਰੀ ਬਹੁਤ ਵਧੀਆ ਭਾਰਤ ਔਲਕ ਹਨ, ਔਰ ਆਉਣ ਵਾਲੇ ਸਮੇਂ ਵਿੱਚ ਇਹ ਪੰਜਾਬੀ ਇਹ ਭਾਰਤੀ ਖਿਡਾਰੀ ਦੇਸ਼ ਨੂੰ ਫਿਰ ਓਲੰਪਿਕ ਵਿੱਚੋਂ, ਏਸ਼ੀਅਨ ਖੇਡਾਂ ਵਿੱਚੋਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚੋਂ ਮੈਡਲ ਦਿਵਾਉਣਗੇ।